ਬਿਸਮਿਲਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਵੇਖ ਰਹੇ ਹੋ ਤੁਸੀਂ ਸਾਰੋ ਕੀ ਚੈਨਲ ਅਤੇ ਮੈਂ ਤੁਹਾਡਾ ਮਿਹਮਾਨ ਸ਼ਾਹਦੇਵ ਵੜੈਦ ਜ਼ਿਲ੍ਹਾ ਵਿਰਾਤ ਪਿੰਡ ਸਾਰੋ ਕੀ। ਸਭ ਤੋਂ ਪਹਿਲਾਂ ਤੁਹਾਡੇ ਭਰਾਵਾਂ ਦਾ ਸ਼ੁਕਰੀਆ ਜੇ ਭਰਾ ਵੀਡੀਓ ਵੇਖਦੇ ਹੋ ਲਾਈਕ ਕਰਦੇ ਹੋ ਜਾਂ ਕਮੈਂਟ ਕਰਦੇ ਹੋ। ਜਿਨ੍ਹਾਂ ਜਿਨ੍ਹਾਂ ਭਰਾਵਾਂ ਪਿਛਲੀ ਵੀਡੀਓ 'ਤੇ ਸਲਾਮ ਆਖਿਆ ਵਾਲੇਕੁਮ ਸਲਾਮ। ਜਿਹੜੇ ਨਵੇਂ ਭਰਾ ਵੀਡੀਓ ਵੇਖਦੇ ਹੋ ਪਿਓ ਚੈਨਲ ਨੂੰ ਕਰਾਏ ਸਬਸਕ੍ਰਾਈਬ ਅਤੇ ਬੈੱਲ ਆਈਕਾਨ ਬਟਨ ਜ਼ਰੂਰ ਦਬਾ ਜੇ ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਭਰਾਵਾਂ ਤੱਕ ਬਆਸਾਨੀ ਪਹੁੰਚ ਜਾਏ। ਅੱਜ ਦੀ ਵੀਡੀਓ ਕੁਝ ਇਸ ਤਰ੍ਹਾਂ ਨੇ, ਤਾਰੀਖ ਹੈ 5 ਅਗਸਤ ਬਰੋ ਸਮਾਰ 2024। ਅੱਜ ਦੀ ਵੀਡੀਓ 4 ਗਾਵਾਂ ਜਿਹੜੀਆਂ ਭਰਾਵਾਂ ਨੂੰ ਵੇਖਣ ਨੂੰ ਲੱਭਣਗੀਆਂ। ਨੰਬਰ ਨੋਟ ਕਰਾ ਛੱਡਣਾ 0318-84-98-176। ਲੋਕੇਸ਼ਨ ਕੁਝ ਇਸ ਤਰ੍ਹਾਂ ਵੇ, ਗੁਜਰਾਤ ਸ਼ਹੀਦ ਚੌਕ ਤੋਂ ਜਿਹੜਾ ਮੁਗਵਾ ਰੋਡ ਪੈਂਦਾ ਤਕਰੀਬਨ 3 ਜਾਂ 4 ਕਿਲੋਮੀਟਰ ਅੱਗੇ ਸਾਡਾ ਪਿੰਡ ਸਾਰੋ ਕੀ ਹੈ। ਜੇ ਮੁਗਵਾ ਇਸ ਸਾਈਡ ਨੂੰ ਆ ਰਹੇ ਤੋ ਤਾਂ 50 ਕ੍ਰਾਸ ਕਰਦਿਆਂ ਸਾਰ ਅੱਗੇ ਪਿੰਡ ਸਾਰੋ ਕੀ। ਮਜ਼ੀਦ ਲੋਕੇਸ਼ਨ ਜੇ ਕਿਸੇ ਭਰਾ ਨੂੰ ਨਾ ਪਤਾ ਲੱਗੇ, ਨੰਬਰ 'ਤੇ ਰਾਬਤਾ ਕਰ ਸਕਦੇ ਹੋ। ਫਾਰਮ ਦਾ ਨਾਂ ਹੈ ਡਾਕਟਰ ਡੇਰੀ ਫਾਰਮ। ਨੰਬਰ ਉਂਝ ਵੀ ਭਰਾਵਾਂ ਕੋਲ ਹੈਗਾ, ਸਕਰੀਨ 'ਤੇ ਵੀ ਹੁੰਦਾ, 0318-84-98-176। ਜਿਹੜੇ ਪਿਛਲੀ ਵੀਡੀਓ ਜਾਨਵਰ ਲੱਗੇ ਸਨ ਉਹ ਵੇਖ ਗਏ ਨੇ, ਉਹਨਾਂ ਤਾਰਾ ਫਿਰ ਆ ਦੇਣਾ ਵਾਂ। ਜਿਹੜੀ ਪਹਿਲਾ ਨੰਬਰ ਆਈ ਗਾਂ ਹੈ ਉਹ ਜ਼ਮਾਨ ਸਾਹਿਬ ਨੇ ਗੁਜਰਾਲਾ ਸ਼ਹਿਰ ਦੇ ਨਾਲ ਪਿੰਡ ਹੈ ਉਹਨਾਂ ਦਾ ਬੁੱਢਾ ਗਰਾਹ ਦੇ ਨਾਲ, ਉਹਨਾਂ ਦਾ ਪਿੰਡ ਹੈ ਜ਼ਿਲ੍ਹਾ ਗੁਜਰਾਲਾ ਅਤੇ ਪਿੰਡ ਉਹਨਾਂ ਦਾ ਬੁੱਢਾ ਗਰਾਹ ਦੇ ਨਾਲ ਹੈ। ਇਹ ਗਾਂ ਉਹਨਾਂ ਖੜੀ ਹੈ, ਇਹ ਗਾਂ ਜਿਹੜੀ ਹੈ ਰਾਣਾ ਮੁਸਤਫਾ ਸਾਹਿਬ ਨੇ ਕਾਮੋ ਕੀ ਤੂੰ ਆਲਮ ਕੀ ਮਿਟ ਲਈ, ਇਹ ਗਾਂ ਉਹਨਾਂ ਲਈ ਹੈ। ਇੱਕ ਮੋਹਸਨ ਅਲੀ ਸਾਹਿਬ ਨੇ ਆਲਮ ਕੀਮ ਯੂਨਾਨ, ਇਹ ਜਨਾਬ ਜ਼ਿਲ੍ਹਾ ਉਹਨਾਂ ਦਾ ਵਜ਼ੀਰਾਬਾਦ ਦੇ ਨਾਲ ਜਿਆ ਉਹਨਾਂ ਦਾ ਪਿੰਡ ਹੈ, ਇਹ ਗਾਂ ਉਹਨਾਂ ਲਈ ਹੈ। ਪਿੰਡ ਦਾ ਨਾਂ ਜਿਆ ਮੈਂ ਭੁੱਲ ਗਿਆ ਵਾਂ, ਇੱਕ ਗਾਂ ਮੇਰੇ ਕੋਲ ਅੱਗੇ ਵੀ ਉਹਨਾਂ ਲਈ ਸੀ। ਅੱਜ ਦੀ ਵੀਡੀਓ ਜਿਆ ਨਾ ਜਾਨਵਰ ਤੁਹਾਨੂੰ 4 ਵੇਖਣੇ ਲੱਭਣੇ ਨੇ, ਅਤੇ ਜਾਨਵਰ ਮਾਸ਼ਾਅੱਲਾ ਜਿਆ ਨਾ ਉਹ ਸਾਰੇ ਵੱਧ ਤੋਂ ਵੱਧ ਹੁੰਦੇ, ਖੂਬਸੂਰਤ ਹੁੰਦੇ। ਇਹ ਗਾਂ ਜਿਹੜੀ ਉਹ ਵੀਡੀਓ ਤੋਂ ਪਹਿਲਾਂ ਹੀ ਵੇਖ ਗਈ ਹੈ, ਉਹ ਵੀ ਬਾਅਦ 'ਚ ਭਰਾਵਾਂ ਨੂੰ ਵਿਖਾ ਦਿੰਦੇ ਹਾਂ। ਪਹਿਲੇ ਨੰਬਰ 'ਤੇ ਜਿਹੜੀ ਗਾਂ ਲਾਉਣਾ ਵਾ, ਦੂਜਾ ਸੁਬਹਾ ਗਾਂ ਦਾ, ਦੂਜਾ ਸੁਬਹਾ ਗਾਂ ਦਾ ਥਣ ਬੜਾ ਪਿਆਰਾ ਹੈ, ਜਰਸੀ ਚੋਲਸਤਾਨੀ ਕ੍ਰਾਸ ਵਿੱਚ ਗਾਂ, ਦੁੱਧ ਗਾਂ ਚੰਗਾ ਦੇ ਦੀ, ਗਾਂ ਚਰਕੀ ਚਾਰੂ ਬੜੀ ਹੈ, ਵੇਲ ਗਾਂ ਦੀ ਬੜੀ ਹੈ, ਜਿਸਮ ਗਾਂ ਦਾ ਬੜਾ ਪਿਆਰਾ ਹੈ। ਗਾਂ ਦੁੱਧ ਇਨਸ਼ਾਅੱਲਾ ਜਿਹਾ ਚੰਗਾ ਕਰ ਰਹੀ ਹੈ, ਲਿਬਾਸ ਕੁਝ ਵੀ ਨਹੀਂ, ਗਾਂ ਜੇ ਸੂਣ ਵਿੱਚ ਝਾੜੇ 5-7 ਲੈ ਜਾਂਦੀ। ਬੜਾ ਪਾਵਰ ਆ ਥਾਣੇ ਤੇ ਬੜਾ ਜਨਾਬ ਲਿਬਾਸ ਸੋਹਣਾ, ਗਾਂ ਦੀ ਨਸਲ ਵੀ ਚੰਗੀ ਹੈ, ਗਰਮੀ ਸ਼ਰਮੀ ਨਹੀਂ ਕਰਨੀ, ਤੇ ਖਾਣ ਪੀਣ ਦੀ ਗਾਂ ਇਹਦੀ ਬਹਾਦਰ ਹੈ, ਬਿਸ਼ੱਕ ਭੋ ਪਾਓ ਸੂ ਮਿੱਟੀ ਸੱਟੋ ਸੂ ਤਾਂ ਵੀ ਖਾਏ ਜਾਏ ਜੀ। ਬੜੀ ਸ਼ਹਿਜ਼ਾਦੀ ਜੀ ਗਾਂ ਹੈ, ਇਹ ਲਿਬਾਸ ਹੈ ਕੋ, ਇਹਦੇ ਗਾਂ ਕੋ ਕੁਝ ਵੀ ਨਹੀਂ, ਗਾਂ ਇਹ ਲਿਬਾਸ ਦਾ ਐਂਡ ਕਰ ਲੈਣੇ ਜੀ।
ਇਹਦੇ ਥਣ ਦਾ ਕੋਈ ਮੁੱਲ ਨਹੀਂ, ਕਾਲਾ ਥਣ ਲੱਗੇ ਆ ਮੁੱਠ ਭਰ ਤੇ ਫਿਰ ਫਲਾਂ ਦੂਰ ਦੂਰ ਗਾਂ ਦੀਆਂ। ਅੱਜ ਤਿਆਰ ਹੋਣੇ ਤੇ ਆਈ ਗਾਂ ਜਨਾਬ ਲਿਬਾਸ ਦਾ ਐਂਡ ਕਰ ਖੜੇ ਨੇ। ਇਹ ਗਾਂ ਦੀ ਗੱਲਬਾਤ ਇਹ ਵੀ ਹੈ ਕੋਈ, ਪਿਛਲੀ ਵੀਡੀਓ ਦੇ ਵਿੱਚ ਜਨਾਬ ਇਹ ਗਾਂ ਲੱਗੀ ਸੀ, ਇਹ ਲਈ ਸੀ ਜ਼ਫਰਵਾਦ ਨੇ ਜਨਾਬ ਸਹੀਬ ਵਾਲਾ ਸਾਹਿਬ ਨੇ, ਵੀਡੀਓ ਨਾਲ ਵੀ ਵੇਖ ਲੈਣੀ ਹੈ। ਅੱਜ ਦੀ ਵੀਡੀਓ ਜਿਹੜੀ ਗਾਂ ਮੈਂ ਪਹਿਲਾਂ ਨਾ ਵਿਕ ਚੁੱਕੀ ਹੈ, ਅਮਰ ਸਾਹਿਬ ਉਹਦੇ ਕੈਮਰਾ ਮਾਰਾ ਜੀ, ਉਹ ਗਾਂ ਉਹਨਾਂ ਲਈ ਹੈ, ਠੀਕ ਹੈ। ਵਜ੍ਹਾ ਐਸੀ ਹੈ ਗਾਂ ਦੀ ਕੀਮਤ ਜ਼ਿਆਦਾ ਹੈ, ਲੈ ਕੇ ਮੇਰੇ ਕੋਲ ਗਾਂ ਉਹਨਾਂ ਜਨਾਬ ਅੱਜ ਪੈਸੇ ਉਹਨਾਂ ਭੇਜਣੇ ਹਨ, ਤੋਂ ਨਾ ਹੈ ਜਿਹੜੀ ਕੋਈ ਘੱਟ ਕੀਮਤ ਆਈ ਯਾਰ, ਉਹ ਲੈ ਲੈਂਦੇ ਹਾਂ, ਸਾਡੇ ਕੋਲ ਪੈਸਿਆਂ ਦਾ ਰੇਂਜ ਨਹੀਂ ਹੋਇਆ। ਇਹ ਬੰਦੇ ਜਿਹੜੇ ਫੋਨ ਕਰਦੇ ਰਹਿੰਦੇ ਆ ਇਸ ਗਾਂ ਵਾਸਤੇ, ਮੈਂ ਕਿਹਾ ਵਿਕ ਗਈ ਹੈ ਜਨਾਬ ਗਾਂ ਕੋਲ, ਇਹ 460,000 ਦੀ ਗਾਂ ਦਿੱਤੀ ਸੀ, 65,000 ਰੁਪਈਆ ਜਨਾਬ ਇਹਦਾ ਰੇਟ ਸੀ। ਜਿਹੜੇ ਭਰਾ ਨੂੰ ਗਾਂ ਪਸੰਦ ਆਵੇ ਕਿ ਅੱਜ ਕੋਈ 5,000 ਘੱਟ ਦੇਣ ਦਾ ਬਾਈ, 455,000 ਦੀ ਜਨਾਬ ਫਾਈਨਲ ਗਾਂ ਦੇਣੀ ਹੈ। ਕੋਈ ਸਹੀਬ ਸਾਹਿਬ ਵੀ ਗੱਲ ਸੁਣਦੇ ਨੇ ਕਿ 60,000 ਦੀ ਗਾਂ ਦਿੱਤੀ ਸੀ ਉਹਨਾਂ ਨੂੰ, ਅਤੇ ਗਾਂ ਦੂਜੀ ਉਹਨਾਂ ਅੱਜ ਖਰੀਦੀ ਵੀ ਆ ਦੇ। ਜੇ ਕੋਈ ਝੂਠ ਕਢਾਲ ਹੋਵੇ ਤੇ ਤਾਂ ਉਹ ਮੇਰੇ ਪੁਰਾਣੇ ਕਸਟਮਰ ਨੇ, ਮੈਂ ਜੇ ਝੂਠ ਮਾਰਾਂ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਯਾਰ ਇਹ ਗਲਤ ਬਿਆਨੀ ਕਰਦਾ। ਇਸ ਵਾਸਤੇ ਗੱਲ ਜਿਹੜੀ ਮੈਂ ਦੱਸਣਾ ਪਿਆ ਉਹਦੇ ਵਿੱਚ 19-20 ਦਾ ਵੀ ਫਰਕ ਨਹੀਂ ਨਿਕਲਣਾ। ਇਹ ਗਾਂ ਅੱਜ ਜਾਣੀ ਸੀ, ਜਿਹੜੇ ਭਰਾ ਫੋਨ ਕਰਦੇ ਰਹੇ ਇਸ ਗਾਂ ਵਾਸਤੇ, ਆਖਿਆ ਵੇਚ ਕੇ ਚੁੱਕੀ ਹੈ ਇਹ ਗਾਂ ਜਨਾਬ, ਉਹਨਾਂ ਫਿਰ ਆਖਿਆ ਅਸਾਂ ਉਹਨੂੰ ਦੂਜੀ ਗਾਂ ਜਿਹੜੀ ਹੈ ਨਾ ਉਹ ਕੋਈ ਹੌਲੀ ਰਕਮ ਵਾਲੀ ਗਾਂ ਦੇ ਛੱਡੋ, ਸਾਡੇ ਕੋਲ ਪੈਸਿਆਂ ਦਾ ਰੇਂਜ ਨਹੀਂ ਹੋਇਆ। ਲਿਬਾਸ ਦਾ ਜਨਾਬ ਬੋਰੀ ਬੰਨ ਛੱਡਦੀ ਗਾਂ, ਸਹੀ ਚੰਗੀ ਗਾਂ ਹੋਵੇ ਜੀ। ਜਿਹੜੀ ਉਹਨਾਂ ਅੱਜ ਗਾਂ ਲਈ ਉਹ ਵੀ ਐਂਡ ਤੇ ਵੀਡੀਓ ਦੇ ਵਿੱਚ ਨਾ ਉਹ ਵੀ ਜਨਾਬ ਭਰਾਵਾਂ ਨੂੰ ਬਹਾ ਸੁਣਾ ਦੇ। ਦੂਸਰੇ ਨੰਬਰ ਤੇ ਜਿਹੜੀ ਗਾਂ ਉਹ ਹਾਲਾਂ ਜੀ ਜਰਸੀ ਰੈੱਡ ਫਰੀਜ਼ੀਅਨ ਕ੍ਰਾਸ, ਗਾਂ ਦਾ ਥਣ ਵੇਖ ਲੈਣਾ ਬਾਈ, ਮੁੱਠ ਤੂੰ ਵੀ ਜਿਹਾ ਨਾ ਗਾਂ ਦਾ ਥਣ ਜਿਹਾ ਉਹ ਭਾਰਾ ਵਧਾ ਵੱਡਾ ਵਧਾ, ਆ ਚੱਪੇ ਤੋਂ ਲੰਮਾ ਥਣ ਹੋਵੇ ਗਾਂ ਦਾ, ਫਿਰ ਲਿਬਾਸ ਗਾਂ ਦਾ ਬੜਾ, ਗਾਂ ਚਰਕੀ ਚਾਰੋ ਬੜੀ ਹੈ, ਗਾਂ ਦੀ ਨਸਲ ਬੜੀ ਹੈ। ਅੰਮ ਸਾਹਿਬ ਇੱਕ ਵਾਰੀ ਥੋੜ੍ਹਾ ਇੰਨਾ ਦੂਰ ਰੱਖ ਕੇ ਨਾ ਕੈਮਰਾ, ਗਾਂ ਦੀ ਸੰਨੀ ਕਰਾਉਣੀ ਹੈ, ਗਾਂ ਕੈਮਰੇ ਤੋਂ ਨਾ ਤਰੱਕੇ ਬਸ ਪੁੱਤਰ। ਆ ਬੋਰੀ ਬੰਨ ਛੱਡਦੀ ਅੱਲਾ ਮੇਰੇ ਹੁਕਮ ਨਾਲ, ਜੇ ਫਿਰ ਲਿਬਾਸ ਦਾ ਜਿਹੜਾ ਟਾਈਮ ਆਇਆ ਨਾ ਸੂਣ ਦਾ, ਉਸ ਵੇਲੇ ਗਾਂ ਜਨਾਬ ਲਿਬਾਸ ਦਾ ਐਂਡ ਕਰ ਛੱਡੇਦੀ, ਫਿਰ ਲੂਈ ਵੇਖ ਲੈਣੀ ਹੈ ਗਾਂ ਦੀ ਬੜੀ ਬਰੀਕ, ਜਿਸਮ ਬੜਾ ਬਰੀਕ, ਦੁੱਧ ਦੇਣੀ ਆਈ ਗਾਂ ਬੜੀ ਪੂਰੀ। ਆ ਗਰੰਟੀਆਂ ਮੈਂ ਬਾਹਲੀਆਂ ਨਹੀਂ ਦੇਣੀਆਂ ਤੁਹਾਨੂੰ, ਗਾਂ ਨੂੰ ਇਸ ਨੂੰ ਦੁੱਧ ਦਿਆ ਨਾ ਉਹ 24-25 ਲੀਟਰ ਦੇਣਾ ਚਾਹੀਦਾ, ਬਾਕੀ ਥਣਾਂ ਦੀ ਮੇਰੀ ਤਸੱਲੀ ਹੋਵੇ ਦੀ ਸ਼ਕਲ ਬਹੁਤ ਤੁਸਾਂ ਭਰਾਵਾਂ ਪਸੰਦ ਕਰ ਲੈਣਾ। ਆ ਬਾਹਲੀ ਜਿਹੜੀ ਨਾ ਮੈਂ ਦੁੱਧ ਦੀ ਗਰੰਟੀਆਂ ਨਹੀਂ ਦਿੰਦਾ ਬਾਈ, ਜਾਨਵਰ ਦੀ ਬੰਦੇ ਜਾ ਕੇ ਅੱਗੇ ਸਾਂਭ ਨਾ ਕਰਨ ਤੇ ਫਿਰ ਸ਼ਿਕਵਾ ਮੇਰੇ ਨਾ ਕਰਨ, ਮੈਂ ਯਾਰ ਗਾਂ ਦੁੱਧ ਨਹੀਂ ਪੀ ਦਿੰਦੀ, ਉਹ ਇਸ ਵਜ੍ਹਾ ਤੋਂ ਜਨਾਬ ਮੈਂ ਗਾਂ ਦੀ ਜਿਹਾ ਨਾ ਗਰੰਟੀਆਂ ਨਹੀਂ ਦਿੰਦਾ। ਗਾਂ ਜਿਹੜੀ ਹੈ ਅੰਦਰ ਦੂਜੀਆਂ ਗਾਂ ਹੱਥ ਥੋੜੀ ਪੈ ਰਹੀ, ਬਸ ਪੁੱਤਰ ਚਲੋ ਅੰਦਰ ਬਹਾ ਲਓ, ਤੁਸੀਂ ਅੰਦਰ ਹੀ ਬਹਾ ਲਓ। ਗਾਂ ਦਾ ਜਿਹਾ ਨਾ ਉਹ ਥਣ ਬੜਾ, ਲਿਬਾਸ ਬੜਾ ਗਾਂ ਦਾ, ਗਾਂ ਫਿਰ ਅੱਲਾ ਮੇਰੇ ਹੁਕਮ ਨਾਲ ਦਿਆ ਨਾ ਉਹ ਦੁੱਧ ਚੰਗਾ ਦੇ ਰਹੀ ਤੇ ਗਾਂ ਦੀ ਨਸਲ ਚੰਗੀ। ਗੱਲ ਨਸਲਾਂ ਤੇ ਜਾ ਕੇ ਮੁੱਕਦੀ ਹੈ ਸਰ। ਆ ਸਫ਼ਰ ਦੇ ਵਿੱਚ ਠੱਗੇ ਟੁੱਟੇ ਹੁੰਦੇ ਨੇ ਜਾਨਵਰ, ਜਿਹੜੇ ਵੀ ਖੁਰਾਕ ਖਾਂਦੇ ਨੇ ਬਹਿੰਦੇ ਖਲੋਂਦੇ ਨੇ ਨਾ, ਇਹ ਥਕਾਵਟ ਲੱਥਦੀ ਹੈ, ਫਿਰ ਜਾਨਵਰ ਅਸਲ ਜਿਹਾ ਨਾ ਉਹ ਸਹੀ ਵੇਖਣਿਆ ਹੁੰਦਾ ਭਰਾ ਪੁੱਤਰ। ਆ ਬੋਰੀ ਬੰਨ ਛੱਡਦੀ ਥੱਲੇ ਲਿਬਾਸ ਦੀ, ਇਸ ਨਸਲ ਦੀ ਸ਼ਾਇਦ ਇਹ ਜਿਹੜੇ ਭਰਾ ਨੂੰ ਇਹ ਗਾਂ ਪਸੰਦ ਆਵੇ, ਮੁੱਲ ਕਰਨ ਨੂੰ ਭਾਵੇਂ ਇਹਦਾ ਗਾਂ ਦਾ ਜਿੰਨਾ ਮਰਜ਼ੀ ਕਰ ਦਈਏ,
ਇਹ ਗਾਂ ਜਿਹੜੇ ਭਰਾ ਨੂੰ ਪਸੰਦ ਆਵੇ ਇਹ 5,15,000 ਦੀ ਫਾਈਨਲ ਗਾਂ ਦੇ ਰਿਹਾ ਵਾ। ਬਸ ਪੁੱਤਰ ਨਸਲ ਵਾਲੂ ਸ਼ਹਿਬ ਵਿੱਚ ਜਿਹਾ ਸ਼ੱਕ ਕੋ ਨਹੀਂ ਹੋਣਗਾ, ਬਾਕੀ ਜੇ ਲੈਣਾ ਉਹ ਦੁੱਧ ਪੁੱਤਰ ਨਸੀਬਾਂ ਦਾ। ਗਾਂ ਦੇ ਹੁਸਨ ਵਿੱਚ ਕੋਈ ਸ਼ੱਕ, ਗਾਂ ਦਾ ਥਣ ਜਿਹਾ ਨਾ ਉਹਦੇ ਵਿੱਚ ਕੋਈ ਸ਼ੱਕ, ਤੇ ਗਾਂ ਦਾ ਲਿਬਾਸ ਜਿਹਾ ਨਾ ਉਹ ਵੀ ਐਂਡ ਕਰ ਸਕਦੇ ਦੀ ਗਾਂ ਵਕਤੀ ਤੌਰ। ਫਿਰ ਜਾਨਵਰ ਜਿਹੜੇ ਜਿਹੜੇ 5 ਸਾਲ ਲੈਂਦਾ ਹੁੰਦਾ ਸੂਣ ਵਿੱਚ, ਉਸ ਜਾਨਵਰ ਦਾ ਜਿਹਾ ਨਾ ਉਹ ਸਬਾਬ ਹੋਰ ਹੁੰਦਾ ਲਿਬਾਸ ਦਾ, ਜਿਹੜੇ ਵੇ ਗਾਂ ਤਿਆਰ ਪੂਰੀ ਹੋ ਜਾਂਦੀ ਉਸ ਵੇਲੇ ਸਬਾਬ ਹੋਰ ਹੁੰਦਾ। ਪੁੱਠਾ ਫਿਰ ਗਾਂ ਦਾ ਵੇਖਣਾ ਬੜਾ ਪਿਆਰਾ ਭਰਾ ਪੁੱਤਰ। ਇਸ ਨਸਲ ਦੀਆਂ ਗਾਵਾਂ ਦਾ ਜਨਾਬ ਭਲਾ 6-6 ਲੱਖ ਰੁਪਈਆ ਰੇਟ ਹੁੰਦਾ ਗਾਵਾਂ ਦਾ, ਤੇ ਵਿਕਦੀਆਂ ਵੀ ਹੈ ਨੇ। ਗਾਂ ਦੇ ਹੁਸਨ ਦਾ ਹੀ ਕੋਈ ਮੁੱਲ ਨਹੀਂ। ਰੈਡ ਫਰੀ ਦੀਆਂ ਗਾਂ ਜਾਂ ਜਰਸੀ ਗਾਂ ਜਿਹੜਾ ਉਹ ਕਿਸੇ ਹੋਰ ਫਾਰਮ ਤੇ ਹੋਵੇ ਉਹਦਾ ਰੇਟ ਹੀ ਜਿਹੜਾ ਨਾ 50,000 ਲੱਖ ਵੱਧ ਜਿਹੜਾ ਨਾ ਬੰਦੇ ਕਰ ਸਕਦੇ ਨੇ। ਲਿਆਓ ਜੀ ਹਮ ਸਾਹਿਬ ਅੱਗੋਂ ਜਿਹੜੀ ਗਾਂ ਖਾਣੀ ਠੀਕ। ਮਾਸ਼ਾਅੱਲਾ ਕਿਆ ਬਾਤ ਹੈ ਗਾਂ ਦੀ, ਅੱਲਾਹ ਤਾਲਾ ਇਜ਼ਾਤ ਇਹਨੂੰ ਜ਼ਿੰਦਗੀ ਦੇ ਅਤੇ ਦੇਖਣੇ ਆ ਭਰਾ ਮਾਸ਼ਾਅੱਲਾ ਜ਼ਰੂਰ ਆਖਿਆ ਤੇ ਸ਼ਾਇਦ ਚੰਗੀ। ਲਿਆਓ ਜੀ ਹਮ ਸਾਹਿਬ ਜਿਹੜੀ ਤੀਸਰੇ ਨੰਬਰ ਤੇ ਗਾੜੀ ਬਹਾਣੀ ਹੈ, ਤੀਸਰੇ ਨੰਬਰ ਤੇ ਜਿਹੜੀ ਵਾੜੀ ਬਹਾਣ ਗਾਵਾਂ ਸੂਆ ਇਹਦਾ ਵੀ ਦੂਜਾ ਦੇਖਣ ਜੇ ਪਹਿਲਣ ਲੱਗਦੀ। ਆ ਕਨੀਆਂ ਦਾ ਦੰਦ ਬਰਾਬਰ ਵੀ ਕਰਦੀ ਹੈ, ਮੂੰਹ ਚੋਂ ਛਿੱਗੀ ਹੋ ਜਾਂਦੀ ਸੂਲੀ ਤੌਰ। ਬਹੁਤ ਜਨਾਬ ਕਮਾਲ ਦੀ ਸ਼ਹਿਬ ਇਹਦੀ, ਇਹ ਨਸਲਾਂ ਭਰਾਵਾਂ ਦੇ ਸਾਹਮਣੇ ਨੇ, ਸ਼ਕਲਾਂ ਤੁਸਾਂ ਭਰਾਵਾਂ ਵੇਖ ਲੈਣੀਆਂ ਨੇ, ਨਸਲਾਂ ਤੁਸਾਂ ਪਸੰਦ ਕਰ ਲੈਣੀਆਂ ਨੇ, ਥਣਾਂ 'ਚ ਵਾਧਾ ਘਾਟਾ ਹੋਇਆ ਤਾਂ ਮੈਂ ਜ਼ਿੰਮੇਦਾਰ ਹਾਂ। ਬੱਚੀ ਇਸ ਦਾ ਵੀ ਹੁਸਨ ਚੈੱਕ ਕਰਨਾ ਤੇ ਗਾਂ ਜਿਹੜੀ ਹੈ ਨਾ ਇਹ ਤਿਆਰ ਨਹੀਂ ਹੈ ਵੀ ਸੂਣ 'ਚ 4-5 ਦਿਨ ਵਾੜੀ ਲੈਂਦੀ ਹੈ। ਜਿਹੜੇ ਵੇ ਵਾੜੀ ਪੂਰੀ ਤਿਆਰ ਹੋਈ ਜਨਾਬ, ਆ ਲਿਬਾਸ ਸਟੈਂਡ ਕਰ ਰਹੇ ਦੀ ਕਾਵੇ 'ਚ ਲਿਬਾਸ ਨਹੀਂ ਆਉਣ ਲੱਗਾ ਗਾਵਾਂ ਦਾ। ਜਿਹੜੀ ਗਾਂ ਹੈ ਮੇਰੀ ਵੇਖੋ ਤੇ ਥਣ ਗਾਂ ਦਾ ਕੋਸ਼ਿਸ਼ ਅਸੀਂ ਕਰਨਾ ਚੰਗਾ ਹੀ ਹੋਵੇ ਤੇ ਉਹ ਹੀ ਗਾਂ ਲਿਆ ਵੀ ਜੀ। ਆ ਲਿਬਾਸ ਦੇ ਵਿੱਚ ਫਾਂਟ ਹੈ ਗਾਂ ਦੇ ਤੇ ਨਾੜਾਂ ਵਾਜ਼ਿਆ ਦੁੱਧ ਦੀਆਂ ਦਿਸਦੀਆਂ ਨੇ ਪਈਆਂ। ਇਹ ਵੱਛੀ ਜਿਹੜੇ ਭਰਾ ਨੂੰ ਪਸੰਦ ਆਵੇ ਮੁੱਲ ਕਰਨ ਨੂੰ ਇਹਦਾ ਭਾਵੇਂ ਜਿੰਨਾ ਮਰਜ਼ੀ ਕਰ ਦਿਆਂ, ਇਹ 5.25 ਲੱਖ ਦੀ ਜੇ ਨਾ ਫਾਈਨਲ ਵਾੜੀ ਦੇ ਦਿਆਂਗਾ। ਇਹ ਫਾਈਨਲ ਵਾੜੀ ਮੁੱਲ ਕਰਨ ਨੂੰ ਭਾਵੇਂ 6 ਲੱਖ ਆ ਥੋੜ੍ਹਾ, ਇਹ 5.25 ਲੱਖ ਦੀ ਜੇ ਨਾ ਫਾਈਨਲ ਵਾੜੀ ਹੋ ਜੇ ਜਿਹੜੇ ਭਰਾ ਨੂੰ ਵੀ ਪਸੰਦ ਆਵੇ। ਹੁਣ ਪਿੱਛੇ ਕੈਮਰਾ ਲੈ ਕੇ ਭੱਜੂ ਤੇ ਉਹਨਾਂ ਤੇਜ਼ ਹੀ ਤੁਰਨਾ। ਨਾ ਕੋਈ ਫਿਰ ਵਾੜੀ ਬਾਹਰ ਕੱਢੂ, ਭਰਾਵਾਂ ਨੂੰ ਸ਼ੌਕ ਪੂਰਾ ਕਰਾਈਏ। ਸ਼ੌਕ ਜਨਾਬ ਪੂਰਾ ਕਰਾਉਂਦੇ ਹਾਂ ਭਰਾਵਾਂ ਦਾ, ਇੱਥੇ ਗਾਂ ਇੱਕ ਵਾਰੀ ਵਾਹੋ ਹਾਂ। ਗਾਂ ਦੀ ਵੇਲ ਵੇਖ ਲੈਣੀ ਹੈ ਬੜੀ ਹੈ, ਅਤੇ ਗਾਂ ਦਾ ਪੁੱਠਾ ਬੜਾ, ਗਾਂ ਦਾ ਕੱਦ ਬੜਾ, ਗਾਂ ਦਾ ਥਣ ਬੜਾ, ਅਤੇ ਦੁੱਧ ਇਨਸ਼ਾਲਾ ਗਾਂ ਚੰਗਾ ਦੇ ਦੀ। ਇਹ ਜਿੰਨੀਆਂ ਮੈਂ ਅੱਜ ਤੁਹਾਨੂੰ 3 ਗਾਵਾਂ ਵਿਖਾਈਆਂ ਨੇ ਇਹ ਅੱਲਾ ਮੇਰੇ ਹੁਕਮ ਨਾਲ ਦੁੱਧ ਦਿਆ ਨਾ, 22-24 ਲੀਟਰ ਦੇਣੇ ਆਈਆਂ ਗਾਵਾਂ ਨੇ।
ਸਾਰੀਆਂ ਹੀ ਵੱਧ ਤੋਂ ਵੱਧ ਡੂੰਬਦੀਆਂ। ਇਹ ਗਾਂ ਜਿਹੜੀ ਵਹਿੰਦੇ ਹੋ ਜਿਹੜੇ ਭਰਾ ਨੂੰ ਪਸੰਦ ਆਵੇ 5.25 ਲੱਖ ਦੀ ਜਾਣਾ ਫਾਈਨਲ ਵਾੜੀ ਦੇ ਦੇਣੀ ਹੈ, ਮੁੱਲ ਭਾਵੇਂ ਕਰਨੇ ਨੂੰ ਇਹਦਾ 6.25 ਲੱਖ ਆ ਖੜੀ। ਕਾਦਾਵਰ ਜਾਨਵਰ ਹੋਵੇ ਦਾ ਤੇ ਸਵਾਦ ਆਵੇ ਦਾ ਚੋਣ ਪੀਣ ਵਿੱਚ। ਜਰਸੀ ਫਰੀਦੀਆਂ ਜਿਹੜੀ ਹੈ ਨਾ ਉਹ ਵਹਿੜੀ ਹੈ, ਨਸਲ ਦੱਸੀ ਨਹੀਂ ਭਰਾਵਾਂ ਨੂੰ। ਇਹ ਜਰਸੀ ਫਰੀਦੀਆਂ ਵਹਿੜੀ ਹੈ ਜਨਾਬ, ਜਿਹੜੇ ਭਰਾ ਸਮਝਦਾਰ ਨੇ ਉਹਨਾਂ ਨੂੰ ਜਨਾਬ ਦਿਸਦੀ ਹੈ ਬਈ। ਜਾਂ ਸਾਹਿਬ ਜਿਹੜੀ ਗਾਂ ਜਿਹੜੀ ਵਿਕੀ ਹੈ ਉਹਦੇ ਲਈ ਵਹਿੜੀ ਜਿਹੜੀ ਆਈ ਅੱਜ ਸ਼ਹੀਦ ਸਾਹਿਬ ਆਇਆ ਜਨਾਬ ਲੈ ਲਈਏ, ਸ਼ਹੀਦ ਵਾਲਾ ਸਾਹਿਬ ਇਹਨਾਂ ਦਾ ਜ਼ਫਰਵਾਲ ਤੋਂ ਜਨਾਬ ਇਹ ਅਲੱਗ ਰੱਖਦੇ ਨੇ। ਮੇਰੇ ਕੋਲ ਅੱਗੇ ਵੀ ਕੋਈ 4-5 ਜਾਨਵਰ ਲੈ ਚੁੱਕੇ ਨੇ। ਇਹ ਬੈਡ ਜਿਹੜੀ ਅੱਜ ਇਹਨਾਂ ਲਈਏ, ਸਾਡੀ ਵੀ ਦੁਆ ਹੈ ਤੇ ਵੇਖਣਾ ਭਰਾ ਵੀ ਦੁਆ ਕਰਿਆ ਜੇ ਅੱਲਾਹ ਤਾਲਾ ਦਾਤ ਇਹਨਾਂ ਦੇ ਸਾਹ ਲੰਮੇ ਕਰੇ, ਗਾਂ ਦੇ ਤੇ ਰੱਬ ਦੀ ਰਾਤ ਨੂੰ ਚੋਣੀ ਪੀਣੀ ਨਸੀਬ ਕਰੇ। ਲਓ ਜੀ ਇਹਨਾਂ ਗੱਲਾਂ ਨੇ ਲੈਣਾ ਇਜਾਜ਼ਤ, ਨਵੀਂ ਵੀਡੀਓ ਫਿਰ ਭਰਾਵਾਂ ਅੱਗੇ ਹਾਜ਼ਰ ਹੋਵਾਂ ਦਾ। ਨਵੇਂ ਜਾਨਵਰਾਂ ਨਾਲ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤੇ ਜਨਾਬ ਉਹਨੂੰ ਗਰੋਰ ਕਰ ਦੇਣਾ। ਭਾਵਾਂ ਸਾਹਿਬ ਦੂਜੀ ਫਿਰ ਗਾਂ ਕੱਢ ਕੇ ਬਾਹਰ ਪਾਣੀ ਤੇ ਨਹੀਂ ਜੇ ਠੀਕ ਹੈ, ਹੁਣ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਉਹਨੂੰ ਜਨਾਬ ਗਰੋਰ ਕਰ ਛੱਡਿਆ ਜੇ। ਦੁਆਵਾਂ ਯਾਦ ਰੱਖਿਆ ਜੇ, ਹੱਸਦੇ ਰਹੋ, ਮੁਸਕਰਾਉਂਦੇ ਰਹੋ। ਅੱਲਾ ਦੇ ਹਵਾਲੇ, ਨਾਰਾਏ ਹੈਦਰੀ।